ਉਹਦੇ ਵਾਸਤੇ ਕੋਈ ਯੋਗ ਆ, ਆਓ ਸਾਰੀ ਸੰਗਤ ਫਤਿਹ ਦੀ ਸਾਂਝ ਕਰੋ, ਪਿਆਰ ਚੱਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਲਤਾਨਪੁਰ ਲੋਧੀ ਤੋਂ ਬੇਬੇ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਰਾਏ ਭੋਜ ਦੀ ਤਲਵੰਡੀ ਪਹੁੰਚਦੇ ਨੇ। ਸ੍ਰੀ ਕਲਿਆਣ ਦਾਸ ਮਹਿਤਾ ਜੀ ਇੱਕ ਮੰਜੇ 'ਤੇ ਬੈਠੇ ਨੇ, ਇੱਕ ਮੰਜੇ 'ਤੇ ਮਾਤਾ ਤ੍ਰਿਪਤਾ ਜੀ ਬੈਠੇ ਨੇ ਅਤੇ ਕੋਲ ਜਾ ਕੇ ਬੇਬੇ ਨਾਨਕੀ ਜੀ ਬੈਠ ਜਾਂਦੇ ਨੇ, ਕੋਲ ਹੀ ਭਾਈਆ ਜੈ ਰਾਮ ਜੀ ਬੈਠ ਜਾਂਦੇ ਨੇ ਅਤੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ, ਨਾਨਕੀ ਚੰਗਾ ਹੋਇਆ ਤੂੰ ਆ ਗਈ ਆ, ਮੈਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ। ਦੱਸੋ ਮਾਤਾ ਜੀ। ਨਾਨਕੀ ਆਪਣੇ ਵੀਰ ਵਾਸਤੇ ਕੋਈ ਲੜਕੀ ਵੇਖ, ਸਾਨੂੰ ਵੀ ਚਾਅ ਹੈ ਆਪਣੇ ਪੁੱਤਰ ਦਾ ਵਿਆਹ ਕਰੀਏ। ਤੇ ਬੇਬੇ ਨਾਨਕੀ ਜੀ ਥੋੜ੍ਹਾ ਮੁਸਕਰਾ ਪਏ, ਕਹਿੰਦੇ ਮਾਤਾ ਜੀ ਮੇਰੇ ਮਨ 'ਚ ਵੀ ਕਿੰਨੇ ਦਿਨ ਹੋਏ ਇਹ ਖਿਆਲ ਆਉਂਦਾ ਪਿਆ ਸੀ ਕਿ ਮਾਤਾ ਜੀ ਨਾਲ ਗੱਲ ਕਰੀਏ ਅਤੇ ਵੀਰ ਦਾ ਵਿਆਹ ਕਰੀਏ। ਮੈਨੂੰ ਵੀਰ ਦੇ ਵਿਆਹ ਦਾ ਬੜਾ ਚਾਅ ਹੈ, ਤੁਹਾਨੂੰ ਪਤਾ ਭੈਣਾਂ ਨੂੰ ਬੜਾ ਚਾਅ ਹੁੰਦਾ ਹੈ। ਇੱਧਰੋਂ ਫਿਰ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਵਾਪਸ ਸੁਲਤਾਨਪੁਰ ਲੋਧੀ ਆਉਂਦੇ ਨੇ। ਬਟਾਲੇ ਦੇ ਕੋਲ ਪੱਖੋ ਕੇ ਰੰਧਾਵੇ ਵਿਖੇ ਮੂਲ ਚੰਦ ਜੀ ਉੱਥੋਂ ਦੇ ਪਟਵਾਰੀ ਨੇ, ਅਤੇ ਰਿਹਾਇਸ਼ ਹੈ ਬਟਾਲੇ ਇਹਨਾਂ ਦੀ। ਇਹ ਇੱਧਰੋਂ ਭਾਈਆ ਜੈ ਰਾਮ ਜੀ ਨੂੰ ਮਿਲਦੇ ਨੇ, ਪਹਿਲਾਂ ਵੀ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ। ਜਦੋਂ ਇੱਕ ਦਿਨ ਮਿਲਾਪ ਹੋਇਆ ਤਾਂ ਭਾਈਆ ਜੈ ਰਾਮ ਜੀ ਆਖਣ ਲੱਗੇ ਵੀ ਮੂਲ ਚੰਦ ਜੀ ਮੇਰਾ ਰਿਸ਼ਤੇਦਾਰ ਹੈ, ਪਟਵਾਰੀ ਦਾ ਮੁੰਡਾ ਹੈ। ਤਾਂ ਮੂਲ ਚੰਦ ਜੀ ਆਖਣ ਲੱਗੇ ਲੜਕੀ ਕਿਹੋ ਜਿਹੀ ਚਾਹੀਦੀ ਹੈ? ਕਹਿੰਦੇ ਲੜਕੀ ਸਿਆਣੀ ਹੋਵੇ, ਲੜਕੀ ਸਬਰ ਵਾਲੀ ਹੋਵੇ, ਸੰਤੋਖ ਵਾਲੀ ਹੋਵੇ। ਤਾਂ ਅੱਗੋਂ ਬਾਬਾ ਮੂਲ ਚੰਦ ਜੀ ਦੋਵੇਂ ਹੱਥ ਜੋੜ ਲਏ, ਆਖਣ ਲੱਗੇ ਵੀ ਜੈ ਰਾਮ ਜੀ ਫਿਰ ਦੂਰ ਕੀ ਜਾਣਾ ਹੈ, ਮੇਰੀ ਆਪਣੀ ਲੜਕੀ ਹੈ, ਉਹਦਾ ਨਾਮ ਹੈ ਸੁਲੱਖਣੀ, ਉਹ ਵੀ ਵਿਆਹੁਣ ਯੋਗ ਹੈ। ਸਤਸੰਗੀਓ, ਫਿਰ ਭਾਈਆ ਜੈ ਰਾਮ ਜੀ ਵਿਚੋਲੇ ਬਣੇ। ਮੈਂ ਸੰਖੇਪ ਦੇ ਵਿੱਚ, ਰਿਸ਼ਤਾ ਹੋ ਗਿਆ ਜੀ 1485 ਦੇ ਵਿੱਚ, ਕੁਰਮਾਈ ਹੋਈ, ਡੇਢ ਦੋ ਸਾਲ ਦਾ ਸਮਾਂ ਪਾ ਲਿਆ। 1487 ਦੇ ਵਿੱਚ ਫਿਰ ਸਾਬੋ ਕੀ ਤਲਵੰਡੀ ਤੋਂ, ਭਾਗਾਂ ਵਾਲਿਓ, ਇੱਧਰੋਂ ਫਿਰ ਗੁਰਮੁਖੋ ਜਦੋਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੁਲਤਾਨਪੁਰ ਲੋਧੀ ਪਹੁੰਚੇ, ਰਾਏ ਭੋਜ ਤਲਵੰਡੀ ਤੋਂ ਵੀ ਹੋਰ ਸੁਲਤਾਨਪੁਰ ਲੋਧੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ, ਇੱਥੋਂ ਫਿਰ ਬਰਾਤ ਤੁਰਦੀ ਹੈ। ਅੱਜ ਵੀ ਉਹ ਮਰਿਆਦਾ ਹੈ ਗੁਰਮੁਖੋ, ਤੁਹਾਨੂੰ ਕਈਆਂ ਨੂੰ ਪਤਾ ਹੋਵੇ ਕਿ ਬਰਾਤ ਅੱਜ ਵੀ ਸੁਲਤਾਨਪੁਰ ਲੋਧੀ ਤੋਂ ਬਟਾਲੇ ਜਾਂਦੀ ਹੈ ਜਦੋਂ ਬਾਬੇ ਦਾ ਵਿਆਹ ਹੁੰਦਾ ਹੈ। ਸੁਲਤਾਨਪੁਰ ਲੋਧੀ ਤੋਂ ਬਰਾਤ ਤੁਰਦੀ ਹੈ। ਇਹ ਬਰਾਤ ਦੇ ਵਿੱਚ ਸੰਤ ਮਹਾਂਪੁਰਖ, ਫਕੀਰ ਲੋਕ, ਬੰਦਗੀ ਵਾਲੇ ਲੋਕ ਨੇ, ਉੱਥੇ ਸਤਿਗੁਰ ਦੇ ਰਿਸ਼ਤੇਦਾਰ ਵੀ ਨੇ, ਨਾਨਕਾ ਪਰਿਵਾਰ ਹੈ,
ਬਾਬਾ ਰਾਮ ਚੰਦ ਜੀ ਨਾਨਾ ਜੀ ਵੀ ਉਹਨਾਂ ਨੂੰ ਬੜਾ ਚਾਅ ਹੈ, ਨਾਨੀ ਮਾਤਾ ਭਰਾਈ ਜੀ ਉਹਨਾਂ ਨੂੰ ਬੜਾ ਚਾਅ ਹੈ, ਮਾਮਾ ਕ੍ਰਿਸ਼ਨਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਮਾਮਾ ਜੀ ਉਹਨਾਂ ਨੂੰ ਬੜਾ ਚਾਅ ਹੈ, ਮਾਸੀ ਮਾਸੀ ਲੱਖੋ ਜੀ ਉਹਨਾਂ ਨੂੰ ਬੜਾ ਚਾਅ ਹੈ, ਮਾਸੀ ਦਾ ਪੁੱਤਰ ਬਾਬਾ ਰਾਮ ਥੱਪਣ ਉਹ ਵੀ ਬਰਾਤ ਦੇ ਨਾਲ ਹੈ, ਇੱਧਰੋਂ ਭਾਈਆ ਜੈ ਰਾਮ ਜੀ, ਭਾਈਆ ਜੈ ਰਾਮ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ ਉਹ ਵੀ ਨਾਲ ਨੇ, ਬੇਬੇ ਨਾਨਕੀ ਜੀ ਉਹਨਾਂ ਨੂੰ ਚਾਅ ਵੀ ਨਾਲ ਨੇ, ਹੋਰ ਤਲਵੰਡੀ ਤੋਂ ਜੋ ਪਿਆਰ ਵਾਲੇ ਅਨੂਆਂ ਨੇ ਉਹ ਸਭ ਬਰਾਤ ਦੇ ਨਾਲ ਨੇ। ਬਰਾਤ ਜਦੋਂ ਬਟਾਲੇ ਪਹੁੰਚੀ, ਬਾਹਰ ਬਾਗ ਦੇ ਵਿੱਚ ਬਾਬਾ ਮੂਲ ਚੰਦ ਜੀ ਨੂੰ ਪਤਾ ਲੱਗਿਆ ਇੱਦਾਂ ਬਟਾਲੇ ਬਰਾਤ ਪਹੁੰਚ ਗਈ ਹੈ, ਕੁਝ ਪਤਵੰਤੇ ਭੇਜੇ, ਬੜੇ ਸਤਿਕਾਰ ਨਾਲ ਬਰਾਤ ਨੂੰ ਬਟਾਲੇ ਸ਼ਹਿਰ ਦੇ ਵਿੱਚ ਲੈ ਕੇ ਗਏ, ਜੋ ਜਲ ਪਾਣੀ ਨਾਲ ਸੇਵਾ ਕੀਤੀ ਬਰਾਤੀਆਂ ਦੀ ਬੜੇ ਪਿਆਰ ਦੇ ਨਾਲ। ਹੁਣ ਜਦੋਂ ਲਾਵਾਂ ਹੋਣ ਲੱਗੀਆਂ ਨਾ, ਅੱਜ ਕੱਲ੍ਹ ਪਕੜਿਓ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੁਸੀਂ ਮਨਾ ਰਹੇ ਹੋ, ਜਿਸ ਵੇਲੇ ਲਾਵਾਂ ਹੋਣ ਲੱਗੀਆਂ, ਬ੍ਰਾਹਮਣ ਲੋਕ ਹੋਰ ਪੰਡਿਤ ਲੋਕ ਆ ਗਏ, ਉਹਨਾਂ ਨੇ ਅੱਗ ਦਾ ਪ੍ਰਬੰਧ ਕੀਤਾ, ਆਪਣੀਆਂ ਸਿਮਰਤੀਆਂ ਲੈ ਕੇ ਆ ਗਏ, ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਬੈਠੋ ਇੱਥੇ ਅੱਗ ਦੇ ਦੁਆਲੇ, ਤੁਸੀਂ ਸੱਤ ਲਾਵਾਂ ਲੈਣੀਆਂ ਨੇ, ਫਿਰ ਤੁਹਾਡਾ ਵਿਆਹ ਹੋਵੇਗਾ, ਭਾਵ ਤੁਹਾਡੇ ਆਨੰਦ ਕਾਰਜ ਹੋਣਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਅੱਗ ਦੇ ਦੁਆਲੇ ਲਾਵਾਂ ਨਹੀਂ ਲੈਣੀਆਂ। ਇੱਥੇ ਫਿਰ ਕਈ ਇਤਰਾਜ਼ ਕਰਨਾ ਸ਼ੁਰੂ ਕਰਤਾ, ਕਹਿੰਦੇ ਸਦੀਆਂ ਤੋਂ ਇਹ ਰਸਮ ਚੱਲਦੀ ਆਈ ਹੈ, ਵਿਆਹ ਹੁੰਦਾ ਹੀ ਅਗਨੀ ਦੇ ਚਾਰ ਸਵੇਰੇ ਲਾਵਾਂ ਲੈ ਕੇ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੁੰਦਾ ਹੋਏਗਾ, ਪਰ ਅਸੀਂ ਸ਼ਬਦ ਦੁਆਲੇ ਲਾਵਾਂ ਲਵਾਂਗੇ। ਹੁਣ ਕਈਆਂ ਇਤਰਾਜ਼ ਵੀ ਕੀਤਾ, ਕੁਝ ਸਿਆਣੇ ਗੁਰਮੁਖ ਕਹਿੰਦੇ ਜਿਵੇਂ ਮੁੰਡਾ ਕਹਿੰਦਾ ਉੱਦਾਂ ਕਰ ਲਈਏ। ਫਿਰ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਨੇ ਚੰਦਨ ਦੀ ਚੌਂਕੀ ਮੰਗਾਈ, ਸੁੰਦਰ ਕੱਪੜਾ ਮੰਗਾਇਆ, ਹੋਰ ਕਾਗਜ਼ ਕਲਮ ਮੰਗਾਈ, ਆਪਣੇ ਮੁਬਾਰਕ ਹੱਥਾਂ ਦੇ ਨਾਲ ਸਤਿਗੁਰ ਨੇ ਮੂਲ ਮੰਤਰ ਦਾ ਜਾਪ ਲਿਖਿਆ, ਉਹ ਚੰਦਨ ਦੀ ਚੌਂਕੀ 'ਤੇ ਸੁੰਦਰ ਵਿਛਾਈ ਕਰਕੇ ਮੂਲ ਮੰਤਰ ਜਾਪ 'ਤੇ ਰੱਖਿਆ, ਅਤੇ ਉਹਦੇ ਦੁਆਲੇ ਚਾਰ ਲਾਵਾਂ ਲਈਆਂ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਆਨੰਦ ਕਾਰਜ ਹੋਏ, ਭਾਵ ਵਿਆਹ ਹੋਇਆ। ਸਤਸੰਗੀਓ, ਜਿਹੜੇ ਚਾਰ ਲਾਵਾਂ ਦਾ ਪਾਠ ਆ ਨਾ, ਉਹ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ, ਉਹ ਬਾਅਦ ਵਿੱਚ ਉਚਾਰਨ ਕੀਤਾ ਹੈ। ਸੂਹੀ ਮਹੱਲਾ ਚੌਥਾ ਹਰ ਪਹਿਲਰੀ ਲਾਭ ਪ੍ਰਵਿਰਤੀ ਕਰਮ ਦਰਾਇਆ ਬਲਰਾਮ ਜੀਓ, ਉਹ ਬਾਅਦ 'ਚ ਗੁਰੂ ਰਾਮਦਾਸ ਨੇ ਉਚਾਰਨ ਕੀਤਾ ਹੈ। ਵੇਖੋ, ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਸ਼ਬਦ ਨੂੰ ਪ੍ਰਧਾਨਤਾ ਦੇ ਦਿੱਤੀ। ਹੁਣ ਬ੍ਰਾਹਮਣ ਲੋਕ ਥੋੜ੍ਹਾ ਨਾਰਾਜ਼ ਹੋ ਗਏ, ਥੋੜ੍ਹਾ ਉਦਾਸ ਹੋ, ਕਹਿੰਦੇ ਇਹ ਤਾਂ ਸਾਡੀ ਬੇਇੱਜ਼ਤੀ ਕੀਤੀ ਹੈ, ਅਸੀਂ ਬੇਇੱਜ਼ਤੀ ਦਾ ਬਦਲਾ ਲੈਣਾ। ਉਹਨਾਂ ਕੀ ਕੀਤਾ, ਥੋੜ੍ਹਾ ਹਟਵਾਂ, ਜਿੱਥੇ ਆਨੰਦ ਕਾਰਜ ਹੋਏ ਉੱਥੇ ਗੁਰਦੁਆਰਾ ਡੇਰਾ ਸਾਹਿਬ, ਅੱਜ ਥੋੜ੍ਹਾ ਹਟਵਾਂ ਜਿੱਥੇ ਗੁਰਦੁਆਰਾ ਅੱਜ ਕੰਧ ਸਾਹਿਬ ਹੈ, ਉੱਥੇ ਕੱਚੀ ਮਿੱਟੀ ਦੀ ਕੰਧ ਸੀ ਗੁਰਮੁਖੋ, ਉਹਦੇ ਓਲੇ ਗੁਰੂ ਨਾਨਕ ਪਾਤਸ਼ਾਹ ਨੂੰ ਬਿਠਾ ਦਿੱਤਾ, ਉਹਦੇ ਭਾਵ ਅੱਗੇ ਬਿਠਾ ਦਿੱਤਾ। ਮੰਨ ਲਓ ਇਹ ਕੰਧ ਹੈ, ਇੱਧਰ ਗੁਰੂ ਨਾਨਕ ਪਾਤਸ਼ਾਹ ਨੂੰ ਬਿਠਾ ਦਿੱਤਾ। ਅਤੇ ਹੁਣ ਉਹ ਬ੍ਰਾਹਮਣ ਪੰਡਿਤ ਲੋਕ ਧੱਕਾ ਲਾਉਂਦੇ ਨੇ। ਇੱਥੇ ਇੱਕ ਮਾਤਾ ਹੋਈ ਆ, ਬਹੁਤ ਬਜ਼ੁਰਗ ਮਾਤਾ ਸੀ, ਉਹਦਾ ਨਾਂ ਆਇਆ ਮਾਈ ਦੁਰਗੀ। ਉਹ ਮਾਤਾ ਦੁਰਗੀ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਉਂਦੀ ਹੈ, ਆਖਣਗੀ ਗੁਰੂ ਨਾਨਕ ਪਾਤਸ਼ਾਹ ਜੀ, ਇਹ ਬ੍ਰਾਹਮਣ ਲੋਕ ਈਰਖਾ ਵਿੱਚ ਸੜਦੇ ਪਏ ਨੇ, ਇਹ ਕਹਿੰਦੇ ਸਾਡੀ ਬੇਇੱਜ਼ਤੀ ਹੋਈ, ਅਸੀਂ ਬਦਲਾ ਲੈਣਾ ਹੈ, ਇਹ ਕੰਧ ਨੂੰ ਧੱਕਾ ਮਾਰ ਰਹੇ ਨੇ, ਤੁਸੀਂ ਕੰਧ ਦੇ ਅੱਗੋਂ ਉੱਠ ਜਾਓ, ਜੇ ਕੰਧ ਡਿੱਗ ਪਈ ਨਾ ਤੁਹਾਡੇ ਕੱਪੜੇ ਵੀ ਗੰਦੇ ਹੋ ਜਾਣਗੇ, ਹੋ ਸਕਦਾ ਤੁਹਾਡਾ ਨੁਕਸਾਨ ਵੀ ਕੋਈ ਹੋ ਜਾਵੇ, ਇਹ ਈਰਖਾ 'ਚ ਸੜਦੇ ਪਏ ਨੇ, ਉੱਠ ਜਾਓ ਇੱਥੋਂ। ਅਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ, ਮਾਈ ਕੀ ਕਹਿੰਦੀ ਹੈ,
ਕਹਿੰਦੀ ਕੰਧ ਉਹਲੋ ਉੱਠ ਜਾਓ ਤੁਸੀਂ, ਇਹ ਬ੍ਰਾਹਮਣ ਲੋਕ ਕੰਧ ਨੂੰ ਧੱਕਾ ਮਾਰਦੇ ਪਏ ਨੇ, ਇੱਕ ਸਮੇਂ ਤੇ ਸਾਡੀ ਬੇਇੱਜ਼ਤੀ ਹੋਈ ਆ। ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਵਾਲੇ ਚਾਰ ਲਾਵਾਂ ਲਈਆਂ ਨੇ ਤੇ ਇਹ ਆਪਣੀ ਬੇਇੱਜ਼ਤੀ ਸਮਝਦੇ ਪਏ ਨੇ, ਉਹਦਾ ਬਦਲਾ ਲੈਣਾ ਚਾਹੁੰਦੇ ਨੇ। ਇਹ ਕੰਧ ਨੂੰ ਧੱਕਾ ਦੇ ਰਹੇ ਨੇ, ਕੰਧ ਡਿੱਗ ਪਵੇ ਤੇ ਤੁਹਾਡੇ ਕੱਪੜੇ ਖਰਾਬ ਹੋ ਜਾਣ, ਕੱਪੜੇ ਤੇ ਖਰਾਬ ਹੋ ਜਾਣ ਤੁਹਾਡਾ ਨੁਕਸਾਨ ਵੀ ਹੋ ਸਕਦਾ, ਸਤਿਗੁਰੂ ਜੀ ਇੱਥੋਂ ਉੱਠ ਜਾਓ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਮਾਈ, ਜਦ ਤੱਕ ਸੂਰਜ ਰਹੇਗਾ, ਜਦ ਤੱਕ ਚੰਦਰਮਾ ਰਹੇਗਾ, ਜਦ ਤੱਕ ਤਾਰੇ ਰਹਿਣਗੇ, ਇਹ ਜੁਗਾਂ ਜੁਗਾਂ ਤੱਕ ਕੰਧ ਵੀ ਉਸੇ ਤਰ੍ਹਾਂ ਰਹੇਗੀ। ਇਹ ਕੰਧ ਜੁਗਾਂ ਜੁਗਾਂ ਤੱਕ ਰਹੇਗੀ। ਭਾਗਾਂ ਵਾਲੇ ਅੱਜ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਕੰਧ ਸਾਹਿਬ, ਜੇ ਨਹੀਂ ਕੀਤੇ ਕਰਿਓ ਜਾ ਕੇ। ਸਤਸੰਗੀਓ, ਆਦਮੀ ਉਹ ਕੰਧ ਸ਼ੀਸ਼ੇ 'ਚ ਮੜੀ ਹੋਈ ਹੈ, ਕਦੀ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਾ ਕੰਧ ਦੇ ਅੱਗੇ ਖਲੋ ਜਿਓ ਤੇ ਸੁਰਤੀ ਨਾਲ ਆਖੋ, ਇਹ ਕੰਧ ਤੇਰੇ ਸਮੇਂ ਦੀਆਂ ਕਿੰਨੀਆਂ ਪੱਕੀਆਂ ਕੰਧਾਂ ਹੋਣਗੀਆਂ, ਤੇਰੇ ਸਮੇਂ ਦੇ ਕਿੰਨੇ ਵੱਡੇ ਵੱਡੇ ਮਹਿਲ ਹੋਣਗੇ, ਪਰ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ। ਤੂੰ ਕੱਚੀ ਮਿੱਟੀ ਦੀ ਕੰਧ ਵਾਂ, ਤੂੰ ਅੱਜ ਵੀ ਸਥਿਰ ਹਾਂ, ਲੋਕ ਤੇਰਾ ਸਤਿਕਾਰ ਕਰਦੇ ਨੇ, ਲੋਕ ਤੈਨੂੰ ਨਮਸਕਾਰ ਵੀ ਕਰਦੇ ਨੇ, ਤੇਰਾ ਇੰਨਾ ਸਤਿਕਾਰ ਦੁਨੀਆਂ 'ਚ ਕਿਵੇਂ ਹੋ ਰਿਹਾ ਹੈ। ਤਾਂ ਸੁਰਤੀ ਜੋ ਕੰਧ ਤੁਹਾਨੂੰ ਜਵਾਬ ਦੇਗੀ, ਆਖੀ ਭਲਿਆ, ਬੇਸ਼ੱਕ ਮੈਂ ਕੱਚੀ ਮਿੱਟੀ ਦੀ ਕੰਧ ਵਾਂ, ਬੇਸ਼ੱਕ ਮੈਂ ਕੱਚੀ ਮਿੱਟੀ ਦੀ ਕੰਧ ਵਾਂ, ਮੇਰੇ ਸਮੇਂ ਦੀ ਹੋਰ ਕਈ ਪੱਕੀਆਂ ਪੱਕੀਆਂ ਕੰਧਾਂ, ਉਹਨਾਂ ਦਾ ਅੱਜ ਨਾਮੋ ਨਿਸ਼ਾਨ ਨਹੀਂ ਆ। ਮੇਰਾ ਸਤਿਕਾਰ ਤਦ ਹੈ, ਇੱਕ ਗੁਰੂ ਨਾਨਕ ਦੀ ਪਿਆਰ ਭਰੀ ਨਜ਼ਰ ਮੇਰੇ 'ਤੇ ਹੋ ਗਈ। ਉਹ ਗੁਰੂ ਨਾਨਕ ਦੀ ਪਿਆਰ ਭਰੀ ਨਜ਼ਰ ਨੇ ਮੈਨੂੰ ਸਤਿਕਾਰ ਯੋਗ ਤੇ ਪੂਜਨ ਯੋਗ ਬਣਾ ਦਿੱਤਾ। ਸਤਸੰਗੀਓ, ਵੇਖੋ ਗੁਰੂ ਨਾਨਕ ਪਾਤਸ਼ਾਹ ਸ਼ਬਦ ਨਾਲ ਜੋੜਤਾ,